India's policy towards Bangladesh completely failed. India recognized the Awami League government time and again in 2014, 2018, 2024, and in fact played the role of an enabler for all the three elections, says the BNP leader. ਜਿਹੜਾ ਇਕੋਸਿਸਟਮ ਸੀ ਕੰਸਿਸਟਿੰਗ ਆਫ ਪਾਵਰਫੁਲ ਸਿਵਲ ਸਰਵੈਂਟਸ ਪਲੋਟਡ ਇਨ ਰਿਟਾਇਰਡ ਡਿਪਲੋਮੈਟਸ ਆਈਡੀਆਲੋਗਸ ਐਂਡ ਜਰਨਲਿਸਟ ਹੂ ਪ੍ਰਾਇਰਟਾਈਜ਼ਡ ਸਿਕਿਉਰਿਟੀ ਵਿਦਆਊਟ ਫੀਲਿੰਗ ਦਾ ਪੋਲੀਟੀਕਲ ਪਲਸ ਔਨ ਦਾ ਗਰਾਊਂਡ ਇਹ ਜਿਹੜਾ ਇੰਡੀਆ ਨੈਰੇਟਿਵ ਦੇ ਰਿਹਾ ਸੀ ਕਿ ਜੇ ਬੰਗਲਾਦੇਸ਼ ਦੇ ਵਿੱਚ ਇਹ ਇਲੈਕਸ਼ਨਾਂ ਹੋਈਆਂ ਤਾਂ ਬੰਗਲਾਦੇਸ਼ ਵੁੱਡ ਗੋ ਟੂ ਦਾ ਫੰਡਾਮੈਂਟਲਿਸਟ If not for Hasina, the security of India will be in danger. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਦੀ ਪ੍ਰਮੁੱਖ ਪਾਰਟੀ BNP ਦੇ ਲੀਡਰ ਅਮੀਰ ਚੌਧਰੀ ਦਾ ਕਹਿਣਾ ਹੈ ਕਿ ਭਾਰਤ ਸਿੱਧੇ ਤੌਰ 'ਤੇ ਬੰਗਲਾਦੇਸ਼ ਵਿੱਚ ਦਖਲ ਅੰਦਾਜ਼ੀ ਕਰ ਰਿਹਾ ਹੈ ਅਤੇ ਪਿਛਲੇ 15 ਸਾਲਾਂ ਵਿੱਚ ਕਰਵਾਈਆਂ ਗਈਆਂ 3 ਪਾਰਲੀਮਾਨੀ ਚੋਣਾਂ ਪੂਰੀ ਤਰ੍ਹਾਂ ਫਰੋਡ ਸਨ, ਹੁਣ ਭਾਰਤ ਨੂੰ ਅਕਲ ਆ ਜਾਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਆ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ UK ਤੋਂ ਇੱਕ ਵੀਰ ਨੇ ਔਰ ਇੱਕ ਸਾਡੇ ਪਾਕਿਸਤਾਨੀ ਵੀਰ ਨੇ ਵੀ ਸਾਨੂੰ ਕਿਹਾ, ਉਹਨਾਂ ਨੇ ਕਿਹਾ ਕਿ ਜੀ ਤੁਸੀਂ ਤਾਂ ਬੰਗਲਾਦੇਸ਼ ਦੇ ਐਕਸਪਰਟ ਹੋ ਗਏ। ਉਹਨਾਂ ਨੇ ਕਿਹਾ ਕਿ ਜਿੰਨੀ ਡੀਪਲੀ ਐਨਾਲਿਟੀਕਲ ਅੰਦਾਜ਼ ਦੇ ਵਿੱਚ ਤੁਸੀਂ ਬੰਗਲਾਦੇਸ਼ ਦੀਆਂ ਘਟਨਾਵਾਂ ਨੂੰ ਮੋਨੀਟਰ ਕੀਤਾ ਜਾਂ ਉਸ ਦੇ ਪਿਛੋਕੜ ਨੂੰ ਔਰ ਇੰਡੀਆ ਦੇ ਉੱਤੇ ਇਸ ਦਾ ਕੀ ਪ੍ਰਭਾਵ ਹੋਏਗਾ, ਉਹਨਾਂ ਨੇ ਕਿਹਾ ਜੀ ਕੋਈ ਵੀ ਅਸੀਂ ਕਿਤੇ ਵੀ ਓਬਜੈਕਟਿਵਲੀ ਇਸ ਲੈਵਲ ਦੀ ਡਿਸਕਸ਼ਨ ਨਹੀਂ ਦੇਖੀ। ਸੋ ਇਸ ਨੇ ਮੈਨੂੰ ਹੌਸਲਾ ਵੀ ਦਿੱਤਾ ਕਿ ਇਹ ਵਾਕਈ ਇਹ ਇਸ਼ੂ ਹੈ, ਕਿਉਂਕਿ ਬਹੁਤ ਵਾਰ ਇਹ ਨਹੀਂ ਹੁੰਦਾ ਜੇ ਤੁਸੀਂ ਈਵਨ ਵਿਦਇਨ ਮੀਡੀਆ ਵੀ ਕਿਸੇ ਚੀਜ਼ ਪ੍ਰਤੀ ਪੈਸ਼ਨ ਰੱਖਦੇ ਹੋ ਔਰ ਤੁਹਾਡਾ ਫੋਕਸ ਆਪਣੇ ਭਾਵੇਂ ਤੁਸੀਂ ਕੌਜ਼ ਨਾਲ ਜੁੜੇ ਹੁੰਦੇ ਹੋ ਪਰ ਤੁਸੀਂ ਧਿਆਨ ਦੇ ਨਾਲ ਆਲੇ ਦੁਆਲੇ ਦੀਆਂ ਘਟਨਾਵਾਂ ਨੂੰ ਓਬਜ਼ਰਵ ਕਰ ਰਹੇ ਹੁੰਦੇ ਹੋ ਅਤੇ ਇਹ ਕੋਈ ਇੱਕ ਜ਼ਮਾਨੇ 'ਚ ਕਹਿੰਦੇ ਸੀ ਵੀ ਰੋਕਟ ਸਾਇੰਸ ਨਹੀਂ ਹੈ, ਹੁਣ ਇਹ ਕੋਈ ਉਸ ਕਿਸਮ ਦੀ ਗੱਲ ਨਹੀਂ ਹੈ। ਔਰ ਇਹ ਹੁਣ ਤਾਂ ਖੁਦ ਮੰਨਣ 'ਤੇ ਆ ਗਏ ਨੇ ਕਿ ਭਾਈ ਸਾਡਾ ਕੰਮ ਕਲੈਪਸ ਹੈ ਔਰ ਇਹੀ ਕਾਰਨ ਹੈ ਕਿ ਵੀ ਜਿਉਂ ਹੀ ਸ਼ੇਖ ਹਸੀਨਾ ਦਾ ਐਗਜ਼ਿਟ ਹੋਇਆ ਉਹਨੂੰ ਉਹ ਰੱਖਣਾ ਵੀ ਨਹੀਂ ਸੀ ਚਾਹੁੰਦੇ। ਉਹ ਤਾਂ ਉਹਨਾਂ ਨੇ ਹੁਣ ਜਦੋਂ ਡਿਪਲੋਮੈਟਿਕ ਪਾਸਪੋਰਟ ਵੀ ਕੈਂਸਲ ਹੋ ਗਿਆ, ਅਮਰੀਕਾ UK ਨੇ ਐਕਸੈਪਟ ਨਹੀਂ ਕੀਤਾ, ਪਰ ਇੱਕ ਉਹਨਾਂ ਨੇ ਜ਼ਰੂਰ ਇਮੀਡੀਏਟਲੀ ਕੀਤਾ ਵੀ ਜਿਉਂਦੋਂ ਮੁਹੰਮਦ ਯੂਨਿਸ ਬਣਦਾ ਮੋਦੀ ਉਹਨੂੰ ਕਾਲ ਕਰਕੇ ਵਧਾਈ ਦਿੰਦਾ ਔਰ ਇਹ ਕਹਿੰਦਾ ਕਿ ਜੀ ਅਸੀਂ ਜਿਹੜਾ ਉਹ ਕੋਆਪਰੇਟ ਕਰਾਂਗੇ ਔਰ ਫਲਾਣਾ। ਸੋ ਮਤਲਬ ਉਦੋਂ ਇਹਨਾਂ ਨੂੰ ਇਹ ਸਮਝ ਆ ਗਈ ਕਿ ਵੀ ਇਹ ਜਿਹੜੀਆਂ ਜੋ ਅਸੀਂ ਰੇਤ ਦਾ ਮਹਿਲ ਬਣਾਇਆ ਹੋਇਆ ਸੀ ਉਹ ਢਹਿ ਢੇਰੀ ਹੋ ਗਿਆ ਔਰ ਹੁਣ ਜਿਹੜੀ ਨਵੀਂ ਤਬਦੀਲੀ ਹੈ ਉਹਦੇ 'ਚ ਸਾਨੂੰ ਕਿਤੇ ਨਾ ਕਿਤੇ ਫਿਟ ਇਨ ਹੋਣਾ ਪੈਣਾ, ਜਿਵੇਂ ਈਵਨ ਤਾਲਿਬਾਨ ਦੇ ਮੁੱਦੇ 'ਤੇ ਜਿਵੇਂ ਜਿਵੇਂ ਇਹਨਾਂ ਨੇ ਆਪਣੇ ਸਾਰੇ ਆਂਡੇ ਉਹਦੇ ਕਰਜ਼ਾਈ ਦੇ ਦੀ ਟੋਕਰੀ 'ਚ ਪਾਏ ਹੋਏ ਸੀ ਅਤੇ ਅਮਰੀਕਾ ਨੇ ਵੀ ਕਿੰਨੇ ਟ੍ਰਿਲੀਅਨ ਡਾਲਰ ਖਰਚ ਕੀਤੇ, 2-3 ਲੱਖ ਫੌਜ ਕਰਜ਼ਾਈ ਨੂੰ ਇਕੱਠੀ ਕਰਕੇ ਦਿੱਤੀ, ਪਰ ਉਹ ਤਾਂ ਇਵੇਂ ਪਿਘਲ ਗਈ ਜਿਵੇਂ ਆਈਸਕ੍ਰੀਮ ਬਾਹਰ ਕੱਢੋ ਫਰਿੱਜ 'ਚੋਂ ਤਾਂ ਅੱਧੇ ਘੰਟੇ 'ਚ ਪਾਣੀ ਬਣਿਆ ਹੁੰਦਾ, ਮਿੱਠਾ ਪਾਣੀ। ਸੋ ਇਹ ਹਾਲ ਉਹਨਾਂ ਦਾ ਹੋਇਆ ਔਰ ਇੱਕ ਸਟੇਜ 'ਤੇ ਔਰ ਆਪਣੇ ਦੁਬਦਮਾ ਕੇ ਉੱਥੋਂ ਦੌੜੇ ਕਾਬਲ 'ਚੋਂ ਆਪਣੀਆਂ ਐਮਬੈਸੀਆਂ ਦੂਜੇ ਰਿਕਾਰਡ ਵੀ ਕੱਢਿਆ, ਕਿਉਂਕਿ ਉੱਥੇ ਵੀ ਕਰਜ਼ਾਈ ਦੀ ਹਕੂਮਤ ਨੂੰ ਤਾਂ ਅਸਲ 'ਚ ਇਹੀ ਰਨ ਕਰ ਰਹੇ ਸੀ, ਅਮਰੀਕਾ ਵੀ ਬਿਹਾਈਂਡ ਸੀ ਸਾਰੇ ਦੇ। ਸੋ ਉਸ ਸਾਰੇ ਦੇ ਚੱਲਦਿਆਂ ਇਹਨਾਂ ਨੂੰ ਹੁਣ ਇਹਨਾਂ ਨੇ
ਜਿਹੜਾ ਤਾਲਿਬਾਨ ਦੇ ਨਾਲ ਉਹਨਾਂ ਨੂੰ ਪੈਸੇ ਪੂਸੇ ਦੇ ਕੇ ਜਾਂ ਕੀ ਹੈ ਜੋ ਉਹਨਾਂ ਦੇ ਪਾਕਿਸਤਾਨ ਨਾਲ ਵੀ ਬਿਟਰ ਰਿਲੇਸ਼ਨ ਹੋਏ ਨੇ, ਇੰਡੀਆ ਉੱਥੇ ਵਿੱਚ ਵਾਪਸ ਵੜਨ ਦੀ ਕੋਸ਼ਿਸ਼ ਕਰ ਰਿਹਾ। ਸੋ ਇਹਦੇ 'ਚ ਬੰਗਲਾਦੇਸ਼ 'ਚ ਮੁਹੰਮਦ ਯੂਨਸ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਤੁਸੀਂ ਓਪਨ ਹੋਸਟਿਲਿਟੀ ਵਾਲੀਆਂ ਸਟੇਟਮੈਂਟਸ ਦੇ ਨਾਲ ਲੋਕਾਂ ਦੇ ਵਿੱਚ ਤਾਂ ਬਹੁਤ ਗੁੱਸਾ ਇੰਡੀਆ ਲਈ। ਇਹੀ ਕਾਰਨ ਹੈ ਕਿ ਜੇ ਈਸਟਰਨ ਬੰਗਲਾਦੇਸ਼ ਦੇ ਵਿੱਚ ਫਲੱਡਿੰਗ ਹੋਈ ਹੈ ਅਤੇ ਵਿਦ ਇਨ ਮਿਨਟਸ ਲੋਕ ਸੜਕਾਂ 'ਤੇ ਨਿਕਲ ਆਏ ਕਿ ਜੀ ਇਹ ਇਹਨਾਂ ਨੇ ਵਾਟਰ ਐਜ਼ ਏ ਵੈਪਨ ਯੂਜ਼ ਕੀਤਾ, ਜਿਹੜੀ ਗੋਮਤੀ ਦਰਿਆ ਦੇ ਉੱਤੇ ਜਿਹੜਾ ਬਣਿਆ ਹੈ ਉਹ ਉੱਥੋਂ ਇਹਨਾਂ ਨੇ ਪਾਣੀ ਛੱਡ ਦਿੱਤਾ। ਹਾਲਾਂ ਮੈਂ ਜਿਵੇਂ ਜ਼ਿਕਰ ਕੀਤਾ ਸੀ ਕਿ 54 ਰਿਵਰਸ ਔਰ ਸਟ੍ਰੀਮਸ ਨੇ ਜਿਹੜੇ ਭਾਰਤ ਰਾਹੀਂ, ਜਿਹੜਾ ਉਹਦੇ 4-5 ਸਟੇਟਾਂ ਨਾਲ ਬੰਗਲਾਦੇਸ਼ ਦਾ ਬਾਰਡਰ ਲੱਗਦਾ, ਸਭ ਤੋਂ ਜ਼ਿਆਦਾ ਤ੍ਰਿਪੁਰਾ। ਹੁਣ ਅੱਜ ਤ੍ਰਿਪੁਰਾ 'ਚ ਵੀ ਇੰਨੇ ਮੀਂਹ ਪੈ ਰਹੇ ਨੇ, ਇੰਨਾ ਬੁਰਾ ਹਾਲ ਹੈ ਸਾਰੇ ਦਾ ਸਾਰਾ ਤ੍ਰਿਪੁਰਾ, ਇਨਕਲੂਡਿੰਗ ਉਹਨਾਂ ਦੀ ਕੈਪੀਟਲ ਜਿਹੜੀ ਅਗਰਤਲਾ ਹੈ ਉਹ ਪਾਣੀ ਦੇ ਵਿੱਚ ਡੁੱਬੀ ਹੋਈ ਹੈ। ਲੇਕਿਨ ਬੰਗਲਾਦੇਸ਼ ਦੇ ਜਿਹੜੀ ਅੰਦਰੂਨੀ ਸਰਕਾਰ ਦਾ ਇਨਵਾਇਰਨਮੈਂਟ ਨਾਲ ਜਾਂ ਰਿਲੇਟਡ ਐਡਵਾਈਜ਼ਰ ਵੀ ਸੀ, ਉਹਨੇ ਵੀ ਫੋਰਨ ਇੰਡੀਆ ਨੂੰ ਬਲੇਮ ਕੀਤਾ, ਲੋਕ ਵੀ ਸੜਕਾਂ 'ਤੇ ਨਿਕਲੇ ਔਰ ਇਹ ਦੌੜਦੇ ਦੌੜਦੇ ਜਿਹੜੇ ਇਹਨਾਂ ਦੇ ਹਾਈ ਕਮਿਸ਼ਨਰ ਉਹਨੂੰ ਯੂਨਸ ਕੋਲ ਗਏ, ਜੀ ਸਾਡੀ ਤਾਂ ਜਾਨ ਨੂੰ ਖਤਰਾ। ਸੋ ਮਤਲਬ ਇਹ ਹੈ ਵੀ ਇਹ ਹਾਲਾਂ ਕੋਈ ਮੁਹੰਮਦ ਯੂਨਸ ਜਾਂ ਉਹਨਾਂ ਦੇ ਐਡਵਾਈਜ਼ਰਸ ਨੇ ਕੋਈ ਪ੍ਰੋਵੋਕੇਟਿਵ ਬਿਆਨਬਾਜ਼ੀ ਨਹੀਂ ਕੀਤੀ, ਪਰ ਇਸ 'ਚ ਕੋਈ ਜਿਹੜਾ ਕਿਸੇ ਨੂੰ ਭੁਲੇਖਾ ਨਹੀਂ ਹੈ ਕਿ ਲੋਕਾਂ 'ਚ ਕਿੰਨਾ ਰੋਹ ਹੈ ਇੰਡੀਆ ਬਾਰੇ। ਹੁਣ ਇਹਨਾਂ ਹਾਲਾਤਾਂ 'ਚ ਅੱਜ ਇੱਕ ਇੰਟਰਵਿਊ ਜਿਹੜਾ ਕਿ ਦਾ ਹਿੰਦੂ ਨੇ ਕੀਤਾ, ਜਿਹੜੀ ਹੁਣ ਮੇਨ ਪਾਰਟੀ BNP ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ, ਜਿਹਦੀ ਖਾਲਿਦਾ ਜ਼ਿਆ ਨੂੰ 84 ਸਾਲਾਂ ਦੀ ਉਹਨੂੰ ਕਿੰਨੇ ਮਹੀਨੇ 1.5 ਸਾਲ ਤੋਂ ਜੇਲ੍ਹ 'ਚ ਡੱਕਿਆ ਹੋਇਆ ਸੀ, ਜਿਹਨਾਂ ਦੇ ਹਜ਼ਾਰਾਂ ਵਰਕਰ ਅੰਦਰ ਤੁੰਨੇ ਹੋਏ ਨੇ, ਜਿਹਨਾਂ ਨੂੰ ਫਾਂਸੀਆਂ, ਝੂਠੇ ਪੁਲਿਸ ਮੁਕਾਬਲੇ ਔਰ ਯੇ ਵੋ, ਔਰ ਇਹਨਾਂ ਨੇ ਆਲਮੋਸਟ ਪਿਛਲੀਆਂ ਦੋਨੋਂ ਹੀ ਜਿਹੜੀਆਂ ਪਾਰਲੀਮਾਨੀ ਚੋਣਾਂ ਸੀ BNP ਨੇ ਬਾਈਕਾਟ ਕੀਤਾ। ਉਹਨਾਂ ਨੇ ਕਿਹਾ ਵੀ ਇਹ ਤਾਂ ਰਿਗ ਕਰਨਾ ਹੀ ਹੈ, ਅਸੀਂ ਇਹਦੇ 'ਚ ਹਿੱਸਾ ਨਹੀਂ ਬਣਨਾ। ਉਹਨਾਂ ਦਾ ਇਹ ਸੀ ਕਿ ਇੰਟਰਿਮ ਗਵਰਨਮੈਂਟ ਬਣਾ ਦਿਓ, ਉਹ ਚੋਣਾਂ ਕਰਾਏ, ਉਹਦੇ 'ਚ ਓਬਜ਼ਰਵਰ ਆ ਜਾਣ UN ਦੇ। ਇਹੀ ਗੱਲ ਅਮਰੀਕਾ ਕਹਿੰਦਾ ਸੀ ਅਤੇ ਇੰਡੀਆ ਅਮਰੀਕਾ ਨੂੰ ਕਹਿ ਰਿਹਾ ਸੀ ਕਿ ਨਾ ਨਾ ਨਾ, ਜੇ ਚੋਣਾਂ ਹੋ ਗਈਆਂ ਤਾਂ BNP ਉਹ ਤਾਂ ਇਸਲਾਮਿਕ ਫੰਡਾਮੈਂਟਲਿਸਟ ਨੇ, ਉਹ ਆ ਜਾਣਗੇ, ਤੁਹਾਡੀ ਡੈਮੋਕ੍ਰੇਸੀ ਜਾਏ ਚੁੱਲ੍ਹੇ 'ਚ। ਅਸੀਂ ਤਾਂ ਜਿਹੜਾ ਸ਼ੇਖ ਹਸੀਨਾ ਰਹੇ, ਉਹ ਤਾਂ ਅਮਰੀਕਾ ਨੇ ਵੀ ਫਾਈਨਲੀ ਇੰਡੀਆ ਨੂੰ ਨਾਰਾਜ਼ ਨਹੀਂ ਕੀਤਾ ਔਰ ਇੰਡੀਅਨ ਲਾਈਨ ਟੋ ਕੀਤਾ। ਹੁਣ ਜਿਹੜੀ ਗੱਲ ਅਮੀਰ ਚੌਧਰੀ, ਇਹ BNP ਜਿਹੜੀ ਮੇਨ ਪਾਰਟੀ ਹੈ ਖਾਲਿਦਾ ਜ਼ਿਆ ਦੀ, ਜਿਹਦੇ ਹੁਣ ਵਾਪਸ ਪਾਵਰ 'ਚ ਆਉਣ ਦੇ ਚਾਂਸਿਸ ਨੇ, ਅਮਰ ਇਹਨਾਂ ਦਾ ਅਮੀਰ ਖਸਰੂ ਮਹਿਮੂਦ ਚੌਧਰੀ, ਇਹ ਫੋਰਨ ਅਫੇਅਰ ਸੈੱਲ ਦਾ BNP ਦਾ ਮੇਨ ਸਪੋਕਸਪਰਸਨ ਹੈ, ਅਤੇ ਉਹਨੇ ਜੋ ਕਿਹਾ ਉਹਦੀ ਹੈਡਲਾਈਨ ਇਹਨਾਂ ਨੇ ਦਾ ਹਿੰਦੂ ਨੇ ਲਾਈ ਹੈ, ਇੰਡੀਆਜ਼ ਪੋਲਿਸੀ ਟੂਵਰਡਸ ਬੰਗਲਾਦੇਸ਼ ਕੰਪਲੀਟਲੀ ਫੇਲਡ, ਸੇਜ਼ BNP ਲੀਡਰ ਅਮੀਰ ਚੌਧਰੀ। ਇੰਡੀਆ ਰੈਕਗਨਾਈਜ਼ ਦਾ ਅਵਾਮੀ ਲੀਗ ਗੌਰਮੈਂਟ ਟਾਈਮ ਐਂਡ ਅਗੇਨ ਇਨ 2014, 2018, 2024 ਐਂਡ ਇਨ ਫੈਕਟ ਪਲੇਡ ਦਾ ਰੋਲ ਆਫ ਐਨ ਐਨੇਬਲਰ ਫਾਰ ਆਲ ਦਾ 3 ਇਲੈਕਸ਼ਨ, ਸੇਜ਼ ਦਾ BNP ਲੀਡਰ। ਉਹਨੇ ਕਿਹਾ ਕਿ ਜੀ ਬਿਲਕੁਲ ਇੰਡੀਆ ਕਲੈਪਸ ਹੋ ਗਿਆ ਉਹਦੀ ਪੋਲਿਸੀ ਜਿਹੜੀ ਹੈ, ਕਿਉਂਕਿ ਤਿੰਨੋਂ ਹੀ ਇਲੈਕਸ਼ਨਾਂ ਦੇ ਵੇਲੇ ਇੰਡੀਆ ਨੇ ਹੀ ਉਹ ਕੰਡਕਟ ਕੀਤੀਆਂ ਔਰ ਸ਼ੇਖ ਹਸੀਨਾ ਦੇ ਪਿੱਛੇ ਉਹਨਾਂ ਨੇ ਕੀਤਾ। ਔਰ ਉਹਨੇ ਕਿਹਾ ਕਿ ਵੀ ਇਹ ਸਾਰੇ ਦੇ ਵਿੱਚ ਜਿਹੜਾ ਇੰਡੀਆ ਨੇ ਸਿਸਟਮ ਕ੍ਰੀਏਟ, ਜਿਹਨੂੰ ਉਹਨੇ ਐਕੋ ਸਿਸਟਮ, ਜਦੋਂ ਅਸੀਂ ਇਹ ਕਹਿ ਰਹੇ ਸੀ ਕਿ ਇਕੱਲਾ ਇਹੀ ਨਹੀਂ ਕਿ ਸ਼ੇਖ ਹਸੀਨਾ ਉਹਨਾਂ ਦੀ ਪੇ ਰੋਲ 'ਤੇ ਹੈ, ਉਹਨਾਂ ਨੇ ਜਸਟਿਸ, ਜਰਨਲਿਸਟ, ਬਿਊਰੋਕਰੈਟ ਸਾਰੇ ਰਾਹ ਨੇ ਆਪਣੇ ਫਿੱਟ। ਔਰ ਉਹਨੇ ਕਿਹਾ ਵੀ ਇਹ ਜਿਹੜਾ ਐਕੋ ਸਿਸਟਮ ਸੀ ਕੰਸਿਸਟਿੰਗ ਆਫ ਪਾਵਰਫੁਲ ਸਿਵਲ ਸਰਵੈਂਟਸ, ਪਲੋਟਡ ਇਨ ਰਿਟਾਇਰਡ ਡਿਪਲੋਮੈਟਸ, ਆਈਡੀਆਲੋਗਸ,
ਐਂਡ ਜਰਨਲਿਸਟ ਹੂ ਪ੍ਰਾਇਰਟਾਈਜ਼ਡ ਸਿਕਿਉਰਿਟੀ ਵਿਦਆਊਟ ਫੀਲਿੰਗ ਦਾ ਪੋਲੀਟੀਕਲ ਪਲਸ ਔਨ ਦਾ ਗਰਾਊਂਡ। ਉਹਨੇ ਕਿਹਾ ਕਿ ਜੀ ਉਹਨਾਂ ਨੇ ਦੇਖਿਆ ਨਹੀਂ ਵੀ ਲੋਕ ਕੀ ਚਾਹੁੰਦੇ ਨੇ, ਉਹਨਾਂ ਨੇ ਆਪਣਾ ਉਸ ਕਿਸਮ ਦਾ ਨੈਟਵਰਕ ਲਿਆਂਦਾ, ਉਹਦੇ ਰਾਹੀਂ ਉਹਨਾਂ ਨੇ ਰੂਲ ਕੀਤਾ। ਔਰ ਇਹ ਟਾਕੇ ਤੋਂ ਅਖਬਾਰ ਦੇ ਇਸ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਇਹ ਜਿਹੜਾ ਇੰਡੀਆ ਨੈਰੇਟਿਵ ਦੇ ਰਿਹਾ ਸੀ ਕਿ ਜੇ ਬੰਗਲਾਦੇਸ਼ ਦੇ ਵਿੱਚ ਇਹ ਇਲੈਕਸ਼ਨਾਂ ਹੋਈਆਂ ਤਾਂ ਬੰਗਲਾਦੇਸ਼ ਵੁੱਡ ਗੋ ਟੂ ਦਾ ਫੰਡਾਮੈਂਟਲਿਸਟ, ਇਫ ਨੋਟ ਫਾਰ ਹਸੀਨਾ ਦਾ ਸਿਕਿਉਰਿਟੀ ਆਫ ਇੰਡੀਆ ਵਿਲ ਬੀ ਇਨ ਡੇਂਜਰ। ਉਹਨੇ ਕਿਹਾ ਜੀ ਇਹ ਤਾਂ ਕਹਿੰਦੇ ਸੀ ਸਾਡੀ ਸੀ, ਔਰ ਅਮਰੀਕਾ ਨੂੰ ਵੀ ਕਹਿੰਦੇ ਸੀ, ਫਿਰ ਤੁਹਾਡੇ ਲਈ ਵੀ ਇਸਲਾਮਿਕ ਫੰਡਾਮੈਂਟਲਿਜ਼ਮ ਵੱਡੀ ਸਿਰਦਰਦੀ ਹੋਏਗਾ। ਪਰ ਉਹਨਾਂ ਨੇ ਕਿਹਾ ਕਿ ਬਈ ਹੁਣ ਉਹਨਾਂ ਨੂੰ ਜਾਗ ਜਾਣਾ ਚਾਹੀਦਾ, ਦੇ ਸ਼ੁੱਡ ਵੇਕ ਅਪ ਐਂਡ ਸਮੈਲ ਦਾ ਕੌਫੀ, ਕੌਫੀ ਦੀ ਖੁਸ਼ਬੂ ਲੈਣ, ਕੌਫੀ ਪੀਣ, ਸੁੱਤੇ ਜਾਗਣ, ਉਹਨਾਂ ਨਾ ਵੀ ਉੱਠ ਕੇ ਕੌਫੀ ਪੀਓ ਔਰ ਫਿਰ ਇਹ ਤੁਸੀਂ ਦੇਖੋ ਵੀ ਤੁਸੀਂ ਕਰਦੇ ਕੀ ਰਹੇ ਹੋ। ਔਰ ਉਹਨੇ ਕਿਹਾ ਕਿ ਬਈ ਇਹ ਉਹਨਾਂ ਨੇ 3 ਇਲੈਕਸ਼ਨਾਂ ਫਰਾਡ ਰਨ ਕੀਤੀਆਂ, ਉਹਨਾਂ ਨੂੰ ਖਾਮ ਖਾ ਬਿਲਡ ਕੀਤਾ, ਔਰ ਹੁਣ ਜਿਹੜਾ ਇਹ ਹਕੀਕਤ ਹੈ। ਔਰ ਉਹਨੇ ਤਾਰੀਫ ਕੀਤੀ ਮਮਤਾ ਬੈਨਰਜੀ ਦੀ ਕਿ ਬਈ ਉਹਨੇ ਜਿਹੜੇ ਪ੍ਰੋਟੈਸਟਰ ਸੀ ਬੰਗਲਾਦੇਸ਼, ਜਦੋਂ ਉਹਨਾਂ ਦੇ ਗੋਲੀ ਚੱਲ ਰਹੇ, ਉਹਨੇ ਕਿਹਾ ਸੀ ਦਰਵਾਜ਼ੇ ਖੁੱਲ੍ਹੇ ਨੇ ਸਾਡੇ ਬੰਗਾਲੀ ਭਰਾ ਨੇ। ਉਹਨੇ ਕਿਹਾ ਜੀ ਉਹ ਅਸੀਂ ਐਪਰੀਸ਼ੀਏਟ ਕਰਦੇ ਔਰ ਹੁਣ ਅਸੀਂ, ਉਹ ਕਹਿੰਦਾ ਮੈਂ ਕਈ ਵਾਰ ਮੈਂ ਵੀ ਦਿੱਲੀ ਜਾਂਦਾ ਰਿਹਾ, ਉਹਨਾਂ ਨੂੰ ਮੈਂ ਕਹਿੰਦਾ ਰਿਹਾ ਵੀ ਇਹ ਤੁਹਾਡੀ ਲਾਈਨ ਠੀਕ ਨਹੀਂ ਹੈ, ਪਰ ਇਹ ਗਫਲਤ 'ਚ ਸੁੱਤੇ ਸੀ। ਉਹਨੇ ਕਿਹਾ ਜੀ ਹੁਣ ਤੁਸੀਂ ਸੁੱਤੇ ਜਾਗ ਗਏ, ਕੌਫੀ ਪੀਓ ਅਤੇ ਜਿਹੜਾ ਉਹ ਅਦਰਵਾਈਜ਼ ਠੀਕ ਲਾਈਨ ਨੂੰ ਹੁਣ ਅਡੋਪਟ ਕਰੋ। ਹੁਣ ਇੱਕ ਖਬਰ ਜਿਹੜੀ ਬੰਗਲਾਦੇਸ਼ ਦੇ ਹਵਾਲੇ ਨਾਲ ਹੈ, ਇਸ ਦੀ ਅਹਿਮੀਅਤ ਕੀ ਹੈ, ਪਰ ਕੁਛ ਨਾ ਕੁਛ ਐਸਾ ਹੈ, ਖਬਰ ਟਾਈਮਸ ਆਫ ਇੰਡੀਆ ਦੀ ਹੈ। ਅਡਾਨੀ ਨਾਓ ਅਲਾਊਡ ਟੂ ਸੈਲ ਬੰਗਲਾਦੇਸ਼ ਬਾਉਂਡ ਪਾਵਰ ਇਨ ਇੰਡੀਆ ਆਫਟਰ ਗੌਰਮੈਂਟ ਅਮੈਂਡਸ ਰੂਲਸ। ਹੁਣ ਇੱਕ ਪਾਸੇ ਬੰਗਲਾਦੇਸ਼ ਦੀਆਂ ਇਹ ਡਿਵੈਲਪਮੈਂਟ ਚੱਲ ਰਹੀਆਂ ਨੇ, ਹੁਣ ਇਹ ਜਿਹੜਾ ਅਡਾਨੀ ਨੇ ਇਹ ਰੋਇਟਰ ਨੇ ਇਹ ਕਿਹਾ ਕਿ ਵੀ ਇਹ ਜਿਹੜੀਆਂ 2018 ਤੋਂ ਗਾਈਡਲਾਈਨ ਸੀ ਪਾਵਰ ਜਨਰੇਟਰਸ ਦੇ ਲਈ, ਉਹ ਵਾਇਓਲੇਟ ਕੀਤੀਆਂ। ਔਰ ਹੁਣ ਉਹਨਾਂ ਨੇ, ਕਿਉਂਕਿ ਇਹਨੇ ਅਡਾਨੀ ਨੇ ਸ਼ਾਇਦ ਝਾਰਖੰਡ ਦੇ ਵਿੱਚ ਇੱਕ ਪਲਾਂਟ ਲਾਇਆ ਹੋਇਆ, ਗੋਡਾ ਪਲਾਂਟ ਉਹਨੂੰ ਝਾਰਖੰਡ 'ਚ ਹੀ ਹੈ, ਜਿੱਥੋਂ 1600 ਮੈਗਾਵਾਟ ਜਿਹੜੀ ਬਿਜਲੀ ਹੈ ਉਹ ਪੈਦਾ ਹੁੰਦੀ ਹੈ। ਔਰ ਇਹ ਜਿਹੜੀ ਹੈ ਹੁਣ ਇਹਨਾਂ ਨੇ, ਇੰਡੀਅਨ ਗੌਰਮੈਂਟ ਨੇ ਕੰਡੀਸ਼ਨਸ ਵਗੈਰਾ ਨਰਮ ਕਰਤੀਆਂ ਕਿ ਬਈ ਇਹ ਜਿਹੜੀ ਬਿਜਲੀ ਹੈ ਜਿਹੜੀ ਝਾਰਖੰਡ ਦੇ ਇਸ ਪਲਾਂਟ 'ਚੋਂ 1600 ਮੈਗਾਵਾਟ ਅਡਾਨੀ ਦਾ ਇਹ ਪਲਾਂਟ ਪ੍ਰੋਡਿਊਸ ਕਰਦਾ, ਇਸ ਨੂੰ ਉਹ ਬੰਗਲਾਦੇਸ਼ ਨੂੰ ਵੇਚ ਸਕਦਾ। ਸੋ ਇਹ ਪੋਸੀਬਲ ਹੈ ਕਿ ਬਈ ਹੁਣ ਨਵੀਂ ਹਕੂਮਤ ਨੂੰ ਇਹ ਜਿਹੜਾ ਉਹ ਸੌਫਟਨ ਕਰਨਾ ਚਾਹੁੰਦੇ ਨੇ, ਜਾਂ ਅਡਾਨੀ ਨੂੰ ਵੀ ਜਿਹੜਾ ਫਸਿਆ ਹੋਇਆ ਸਾਰੇ ਪਾਸੇ ਉਹਨੂੰ ਕੋਈ ਰਾਹਤ ਦੇਣਾ ਚਾਹੁੰਦੇ ਨੇ ਕਿ ਬਈ ਇਹ ਉਹਨਾਂ ਨੇ ਕਿਹਾ ਕਿ ਗਵਰਨਮੈਂਟ ਆਫ ਇੰਡੀਆ ਮੇ ਪਰਮਿਟ ਕਨੈਕਸ਼ਨ ਆਫ ਸੱਚ ਜਨਰੇਟਿੰਗ ਸਟੇਸ਼ਨ ਟੂ ਦਾ ਇੰਡੀਅਨ ਗ੍ਰਿਡ ਟੂ ਫੈਸਿਲੀਟੇਟ ਸੇਲ ਆਫ ਪਾਵਰ ਵਿਦ ਇਨ ਇੰਡੀਆ ਇਨ ਕੇਸ ਆਫ ਸਸਟੇਨਡ ਨੋਨ ਸਕੈਜੁਲਿੰਗ ਆਫ ਫੁੱਲ ਔਰ ਪਾਰਟ ਕੈਪੈਸਿਟੀ, ਕਿ ਬਈ ਇੰਡੀਆ 'ਚ ਵੀ ਵੇਚ ਸਕਦਾ, ਲੇਕਿਨ ਬੰਗਲਾਦੇਸ਼ ਦਾ ਉਹਨਾਂ ਨੂੰ ਖੋਲ੍ਹ ਦਿੱਤਾ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਅਮੈਂਡਮੈਂਟ ਹੈ ਇਹਨੂੰ ਫਾਇਦਾ ਪਹੁੰਚਾਉਂਦੀ ਹੈ ਅਡਾਨੀ ਨੂੰ। ਔਰ ਅਡਾਨੀ ਗਰੁੱਪ ਦੇ ਸਪੋਕਸਮੈਨ ਨੇ ਕਿਹਾ ਕਿ ਵੀ ਦਿਸ ਮੂਵ ਵਿਲ ਹੈਲਪ ਕੇਟਰ ਟੂ ਦਾ ਸੋਰਿੰਗ ਇਲੈਕਟ੍ਰਿਸਿਟੀ ਡਿਮਾਂਡਸ ਅਕਰੋਸ ਦਾ ਕੰਟਰੀ, ਔਰ ਅਸੀਂ ਬੰਗਲਾਦੇਸ਼ ਦਾ ਦੇ ਨਾਲ ਵੀ ਫਾਈਨਲ ਲਾਈਨ ਹੈ। ਅਡਾਨੀ ਪਾਵਰ ਇਜ਼ ਕਮਿਟਡ ਟੂ ਫੁਲਫਿਲ ਕੰਟਰੈਕਚੁਅਲ ਓਬਲੀਗੇਸ਼ਨਸ ਐਜ਼ ਪਰ ਬੰਗਲਾਦੇਸ਼ ਪਾਵਰ ਡਿਵੈਲਪਮੈਂਟ ਬੋਰਡਸ ਡਿਮਾਂਡ ਸਕੈਜੁਅਲ ਐਂਡ ਪ੍ਰੋਵੀਜ਼ਨਸ ਆਫ ਪਾਵਰ ਪਰਚੇਜ਼ ਐਗਰੀਮੈਂਟ ਐਂਡ ਵੁੱਡ ਲੁੱਕ ਫਾਰਵਰਡ ਟੂ ਕੰਟੀਨਿਊਇੰਗ ਰੈਸੀਪ੍ਰੋਕਲ ਫੁਲਫਿਲਮੈਂਟ। ਸੋ
ਇਧਰ ਜੋ ਜਿਹੜੇ ਇਹਨਾਂ ਦੇ ਵਪਾਰਕ ਹਿੱਤ ਸੀ ਉਹ ਵੀ ਸ਼ੇਖ ਹਸੀਨਾ ਦੇ ਨਾਲ ਅਡਾਨੀਆਂ ਰਾਹੀਂ ਜਾਂ ਦੂਜੇ ਰਾ ਮਟੀਰੀਅਲ ਹੋਰ ਕੀ ਉੱਥੋਂ ਲੈਂਦੇ ਸੀ ਕੀ ਨਹੀਂ। ਸੋ ਇਸ ਸਾਰੇ ਦੇ ਨਾਲ ਮੈਂ ਇਹ ਦੇਖ ਰਿਹਾ ਕਿ ਵੀ ਈਵਨ ਜਿਹੜੇ ਬੜੇ ਮੋਦੀ ਨੂੰ ਔਰ 56 ਇੰਚ ਦਾ ਸੀਨਾ ਔਰ ਉਹਦੀ ਬੇਧੜਕ ਔਰ ਖਾੜਕੂ ਫੋਰਨ ਪਾਲਿਸੀ ਨੂੰ ਕਰਨ ਵਾਲੇ ਸੀ, ਹੁਣ ਉਹ ਇੰਡੀਆ ਨੂੰ ਉਪਦੇਸ਼ ਦੇ ਰਹੇ ਨੇ ਕਿ ਬਈ ਅਕਲ ਤੋਂ ਦੁਆ ਕੰਮ ਲਓ। ਉਹਨੇ ਸਭ ਤੋਂ ਵੱਡਾ ਬਦਬੂਦਾਰ ਹਿੰਦੂ ਸ਼ੇਖਰ ਗੁਪਤਾ ਦਾ ਪ੍ਰਿੰਟ ਦਾ ਐਡੀਟਰ, ਉਹਨੇ ਲੰਮਾ ਚੌੜਾ ਆਰਟੀਕਲ ਲਿਖਿਆ ਕਿ ਸਬ ਕੌਂਟੀਨੈਂਟਲ ਸੈੱਟ ਬੈਕਸ ਹੈਵ ਏ ਮੈਸੇਜ ਫੋਰ ਇੰਡੀਆ, ਜੰਕ ਵਿਕਟਿਮਹੁੱਡ ਐਂਡ ਰਿਸਪੈਕਟ ਦਾਈ ਨੇਬਰ। ਉਹ ਕਹਿੰਦਾ ਬੰਗਲਾਦੇਸ਼ ਇਜ਼ ਜਸਟ ਲੇਟੈਸਟ ਐਗਜ਼ਾਮਪਲ ਆਫ ਡਿਸਕੁਆਇਟ ਇਨ ਇੰਡੀਆ ਨੇਬਰਹੁੱਡ, ਵੀ ਨੀਡ ਟੂ ਜੰਕ ਡੋਮੈਸਟਿਕ ਪੋਲੀਟਿਕਸ ਐਂਡ ਐਕਸੈਸਿਵ ਰਿਲੀਜੀਓਸਿਟੀ, ਐਕੁਆਇਰ ਹਿਊਮਿਲਿਟੀ ਇਨ ਅਵਰ ਐਪਰੋਚ ਟੂ ਨੇਬਰ, ਕਿ ਜੀ ਇਹ ਜਿਹੜਾ ਅਸੀਂ ਵੱਡਾ ਨੈਸ਼ਨਲਿਜ਼ਮ ਕਰ ਰਹੇ ਸੀ ਡੋਮੈਸਟਿਕ ਪੋਲੀਟਿਕਸ ਨੂੰ ਪ੍ਰਭਾਵਿਤ ਕਰਨ ਲਈ ਹਿੰਦੂਤਵਾ ਦੇ ਨਾਂ ਥੱਲੇ ਗੁਆਂਢੀਆਂ ਦੇ ਨਾਲ ਦੁਸ਼ਮਣੀ ਖੜੀ ਕਰ ਰਹੇ ਸੀ ਔਰ ਬਹੁਤ ਜਿਹੜਾ ਉਹ ਧਾਰਮਿਕ ਬਣੇ ਹੋਏ ਸੀ, ਇਹਨੂੰ ਛੱਡੋ ਹੁਣ, ਹੁਣ ਨਿਮਰਤਾ ਧਾਰਨ ਕਰੋ ਔਰ ਇਹ ਜਿਹੜਾ ਤੁਸੀਂ ਉਹਨਾਂ ਦਾ ਆਪਣੇ ਗੁਆਂਢੀਆਂ ਦਾ ਸਤਿਕਾਰ ਕਰੋ। ਪਰ ਹੁਣ ਤੇ ਮਿਸਟਰ ਸ਼ੇਖਰ ਗੁਪਤਾ ਉਹ ਕੀ ਕਹਿੰਦੇ ਨੇ ਕਿ ਭਾਈ ਬਿੱਲੀ ਦੁੱਧ ਪੀ ਗਈ ਹੈ ਸਾਰਾ, ਹੁਣ ਤਾਂ ਤੁਸੀਂ ਦੁੱਧ ਦਾ ਤਾਂ ਕੀ ਫਿਕਰ ਕਰੋਗੇ, ਜਾਂ ਜਿਹਨੂੰ ਕਹਿੰਦੇ ਨੇ ਕਿ ਅਬ ਪਛਤਾਏ ਕਿਆ ਹੋ ਜਬ ਚਿੜੀਆਂ ਚੁੱਕ ਗਈ ਖੇਤ। ਲੇਕਿਨ ਇਹ ਦੱਸ ਰਿਹਾ ਕਿ ਬੰਗਲਾਦੇਸ਼ ਨੇ ਜੋ ਉੱਥੇ ਚੱਲ ਰਿਹਾ ਉਹਨੇ ਕਿੰਨਾ ਰੈਟਲ ਕੀਤਾ ਇਹਨਾਂ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵੀ ਔਰ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।